हाय कुलविंदर, हाउ आर यू? बढ़िया जी, बढ़िया। तुम दसो, ठीक ठाक हो? मैं बिल्कुल ठीक। आओ जी आओ। हो सब बढ़िया? पूरे बढ़िया। मैं ए फ्लावर्स थोड़े ले लेंगे। थैंक यू सो मच, थैंक यू। ते किवें हो तुसी, की चल रहे हो? ਬਹੁਤ ਵਧੀਆ। ਅਤੇ ਅਸੀਂ ਬੱਲੇ ਬੱਲੇ ਦੇ ਵਿਹੜੇ ਦੇ ਵਿੱਚ ਪਹੁੰਚੇ ਹਾਂ। ਇੱਕ ਗਾਣਾ ਸੀ ਸੁਖਵਿੰਦਰ ਦਾ, ਉਹ ਅੱਜ ਕੌਣ ਪਰਾਉਣਾ ਆਇਆ ਨਹੀਂ, ਫੁੱਲ ਖਿੜ ਗਏ ਨੇ ਸੂਹੇ ਬੱਲੇ ਬੱਲੇ। ਮੈਂ ਕਿਹਾ ਬੱਲੇ 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 ਦੇ ਵਿਹੜੇ 'ਚ ਆਏ ਹਾਂ ਜੀ। ਅੱਜ ਆਪਾਂ ਪ੍ਰਾਹੁਣਾ ਬਣ ਕੇ ਨਹੀਂ ਆਏ, ਅੱਜ ਆਪਾਂ ਇਹ ਜੇ ਇੱਕ ਮਹਿਮਾਨ ਬਣ ਕੇ ਆਏ। ਇੱਕ ਪ੍ਰਾਹੁਣੇ ਕਈ ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਪ੍ਰਾਹੁਣਾ ਜੀਜਾ ਹੁੰਦਾ, ਅੱਜ ਆਪਾਂ ਮਹਿਮਾਨ ਬਣ ਕੇ ਆਏ। ਫਿਲਮ ਨੂੰ ਬਹੁਤ ਜ਼ਿਆਦਾ ਵਧੀਆ ਪਿਆਰ ਮਿਲਿਆ। ਥੈਂਕ ਯੂ ਸੋ ਮਚ ਕਿ ਤੁਸੀਂ ਇੱਥੇ ਆਏ ਸਾਨੂੰ ਮਿਲਣ। ਹਾਂਜੀ। ਅਤੇ ਕੁਲਵਿੰਦਰ ਬਿੱਲਾ ਨਾਂ ਦੇ ਪਿੱਛੇ ਦਾ ਰਾਜ਼ ਕੀ ਆ? ਕੁਲਵਿੰਦਰ ਬਿੱਲਾ ਦੇ ਜਿਹੜਾ ਨਾਂ ਹੈ, ਤੁਹਾਨੂੰ ਪਤਾ, ਅੱਖਾਂ ਬਿੱਲੀਆਂ। ਹਾਂਜੀ, ਅੱਖਾਂ ਬਿੱਲੀਆਂ ਬਲੌਰੀਆਂ ਤੇਰੀਆਂ, ਤਾਂ ਹੀ ਤੈਨੂੰ ਬਿੱਲਾ ਆਖਦੇ। ਓਕੇ, ਮਤਲਬ ਪੰਜਾਬੀਆਂ ਦਾ ਨੇਚਰ ਹੁੰਦਾ, ਜੇ ਬਿੱਲੀਆਂ ਅੱਖਾਂ ਤਾਂ ਨਾਂ ਵੀ ਬਿੱਲਾ ਹੀ ਰੱਖ ਦੇਣਾ। ਹਾਂ, ਬਸ ਛੋਟੇ ਹੁੰਦੇ ਤੋਂ ਬਸ ਜੇ ਅੱਖਾਂ ਬਿੱਲੀਆਂ ਤਾਂ ਬਿੱਲਾ, ਠੀਕ ਹੈ, ਇਹ ਪੱਕਾ ਇੱਦਾਂ ਹੀ ਨਾਂ ਪੈ ਗਿਆ। ਓਕੇ, ਤੁਸੀਂ ਕਦੇ ਫਨੀਐਸਟ ਨੇਮ ਅਜੇ ਤੱਕ ਸੁਣੇ ਆ? ਆਪਣਾ? ਹਾਂਜੀ, ਫਨੀ ਮੈਨੂੰ ਤਾਂ ਬਿੱਲਾ ਫਨੀਐਸਟ ਹੀ ਲੱਗਦਾ ਸਭ, ਜਾਨਵਰਾਂ ਵਾਲਾ ਨਾਮ ਹੈ। ਓਕੇ, ਜਾਨਵਰਾਂ ਵਾਲਾ ਨਾਮ ਤਾਂ ਨਹੀਂ ਹੈ, ਜਾਨਵਰ ਹੀ ਹੁੰਦੇ ਨੇ। ਕੀ ਹੁੰਦੇ ਨੇ? ਬਿੱਲਾ ਜਾਨਵਰ ਹੀ ਹੁੰਦਾ। ਬਿੱਲੀਆਂ ਅੱਖਾਂ ਤੁਹਾਡੀ ਇੰਨੀ ਸੋਹਣੀਆਂ, ਤੇ ਨਾਂ ਵੀ ਤੁਹਾਨੂੰ ਉਹਦੇ ਨਾਲ ਹੀ ਮੈਚ ਕਰਦਾ ਨਾ। ਹਾਂ, ਬਿਲਕੁਲ ਬਿਲਕੁਲ ਸਹੀ ਗੱਲ, ਅੱਖਾਂ ਤਾਂ ਬਾਕੀ ਘੈਂਟ ਹੈ ਮੇਰੀ। ਹਾਂਜੀ, ਕਾਫੀ ਥਾਵਾਂ ਤੇ ਤੁਹਾਡੇ ਬਰਥਡੇ ਡੇਟ ਅਲੱਗ ਅਲੱਗ ਨੇ, ਬਟ ਮਤਲਬ ਰੀਅਲ ਡੇਟ ਕੀ ਆ? ਦੇਖੋ, ਰੀਅਲ ਡੇਟ ਜੇ ਪਤਾ ਲੱਗੀ ਫਿਰ ਤਾਂ ਕੰਮ ਹੀ ਖਰਾਬ ਹੋ ਜਾਣਾ। ਰੀਅਲ ਡੇਟ ਪਤਾ ਹੀ ਲੱਗਣੀ ਚਾਹੀਦੀ। ਮੈਂ ਤਾਂ ਹਜੇ ਜਵਾਨ ਹਾਂ, 19 ਸਾਲ ਦਾ ਹਜੇ ਮੈਂ। ਮਤਲਬ ਤੁਸੀਂ ਤਾਂ ਹੀ ਮਤਲਬ ਅਲੱਗ ਅਲੱਗ ਜਗ੍ਹਾ ਤੇ 18 ਸਾਲ ਕ੍ਰੋਸ ਕੀਤੇ, ਹਜੇ ਹੁਣੀ 19 ਸਾਲ ਦਾ। ਮਤਲਬ ਤਾਂ ਹੀ ਅਲੱਗ ਅਲੱਗ ਜਗ੍ਹਾ ਤੇ ਅਲੱਗ ਅਲੱਗ ਡੇਟ ਲਿਖੇ ਤੁਸੀਂ? ਬਿਲਕੁਲ ਬਿਲਕੁਲ। ਓਕੇ, ਮੈਂ ਨਹੀਂ ਲਿਖਿਆ, ਪਿਆਰ ਕਰਨ ਵਾਲੇ ਆਪ ਹੀ ਲਿਖ ਦਿੰਦੇ ਨੇ, ਕਿਉਂਕਿ ਕਈਆਂ ਨੂੰ ਲੱਗਦਾ ਮੈਂ ਵੱਡਾ, ਕਈਆਂ ਨੂੰ ਲੱਗਦਾ ਮੈਂ ਛੋਟਾ। ਠੀਕ ਹੈ, ਮਤਲਬ ਹਰ ਸਾਲ ਤੁਹਾਡੇ ਬਹੁਤ ਸਾਰੇ ਬਰਥਡੇ ਸੈਲੀਬ੍ਰੇਟ ਕਰਦੇ ਆ ਲੋਕੀ। ਬਿਲਕੁਲ ਬਿਲਕੁਲ ਕਰਦੇ ਆ, ਬਿਲਕੁਲ। ਠੀਕ ਹੈ, ਲਾਈਫ ਦਾ ਬੈਸਟ ਗਿਫਟ ਕੀ ਮਿਲਿਆ ਤੁਹਾਨੂੰ ਅੱਜ ਤੱਕ? ਲਾਈਫ ਦਾ ਬੈਸਟ ਗਿਫਟ ਹਰ ਇੱਕ ਮੂਮੈਂਟ ਦੇ ਉੱਤੇ ਜਦੋਂ ਲੱਗਦਾ ਹੁੰਦਾ ਵੀ ਆਹ ਮੇਰੇ ਵਾਸਤੇ ਬਹੁਤ ਵੱਡੀ ਚੀਜ਼ ਹੈ, ਜਦੋਂ ਮਿਲਦੀ ਹੈ ਮੈਨੂੰ ਹਰ ਇੱਕ ਪਲ ਵਧੀਆ ਲੱਗਦਾ ਹੈਗਾ। ਜਿੱਦਾਂ ਮੇਰੇ ਪਹਿਲੇ ਗਾਣੇ ਹਿੱਟ ਹੋਏ, ਉਸ ਤੋਂ ਬਾਅਦ ਮੂਵੀ ਸੂਬੇਦਾਰ ਜੋਗਿੰਦਰ ਸਿੰਘ ਆਈ ਸੀ ਜਿਹਦੇ ਵਿੱਚ ਮੇਰਾ ਐਜ਼ ਏ ਕਰੈਕਟਰ ਰੋਲ ਸੀਗਾ, ਉਸ ਤਰ੍ਹਾਂ ਹੁਣ ਪ੍ਰਾਹੁਣਾ ਮੂਵੀ ਹਿੱਟ ਹੋਈ ਅਤੇ ਹੁਣ ਹੋਰ ਜ਼ਿਆਦਾ ਚਾਅ ਚੜਿਆ, ਅਤੇ ਹੁਣ ਅੱਗੇ ਲੱਗਦਾ ਵੀ ਹੋਰ, ਕਹਿੰਦੇ ਵੀ ਜਿਹੜੇ ਚਾਅ ਨੇ ਤਾਂ ਪੂਰੇ ਹੁੰਦੇ ਨਹੀਂ, ਇਹ ਚੱਲਦੇ ਰਹਿੰਦੇ ਜੀ। ਠੀਕ ਹੈ, ਤੇ ਤੁਸੀਂ ਮਤਲਬ ਤੁਹਾਡੀਆਂ ਬਿੱਲੀਆਂ ਅੱਖਾਂ ਤੇ ਨਾ ਤੁਸੀਂ ਇੰਨੇ ਗੋਰੇ ਚਿੱਟੇ, ਪਰ ਤੁਹਾਡਾ ਫਰਸਟ ਸੌਂਗ ਕਾਲਾ ਰੰਗ ਕਿਉਂ ਸੀ? ਜਿਹੜਾ ਗਾਣਾ ਸੀ ਮੇਰਾ ਕਾਲੇ ਰੰਗ ਦਾ, ਯਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ, ਉਹ ਮੇਰਾ ਪਹਿਲਾ ਗਾਣਾ ਸੀਗਾ। ਉਹ ਗਾਣਾ ਜਿਸ ਰਾਈਟਰ ਨੇ ਲਿਖਿਆ ਸੀਗਾ, ਗੁਰਚੇਤ ਫਤਿਹ ਵਾਲੀ ਬਾਈ ਜੀ, ਅਤੇ ਉਹ ਬੜੇ ਸਾਡੇ ਪਿਆਰੇ ਮਿੱਤਰ ਨੇ ਹੁਣ ਵੀ ਅਤੇ ਪਹਿਲਾਂ ਵੀ, ਉਹਨਾਂ ਨੇ ਬੜੀ ਸਪੋਰਟ ਕੀਤੀ ਸੀ। ਉਹਨਾਂ ਦਾ ਰੰਗ ਕਾਲਾ ਸੀਗਾ, ਉਹਨਾਂ ਦਾ ਇੱਕ ਮਿੱਤਰ ਸੀਗਾ, ਮੈਨੂੰ ਤਾਂ ਵੈਸੇ ਮੇਰੇ ਤੋਂ ਤਾਂ ਵੱਡੇ ਨੇ ਕਾਫੀ, 50 ਸਾਲ ਪਲੱਸ ਨੇ ਉਹ, ਮੈਨੂੰ ਤਾਂ ਕਹਿੰਦੇ ਆਪਣੇ ਕਿਸੇ ਦੋਸਤ ਲਈ ਲਿਖਿਆ ਸੀਗਾ, ਪਰ ਹੋ ਸਕਦਾ ਕਿਸੇ ਸਹੇਲੀ ਲਈ ਵੀ ਲਿਖਿਆ ਹੋਵੇ, ਹੁਣ ਮੈਨੂੰ ਦੱਸਦੇ ਨਹੀਂ ਹੈਗੇ ਉਹ। ਹੁਣ ਪਤਾ ਨਹੀਂ ਉਹਨਾਂ ਨੇ ਕਿਉਂ ਲਿਖਿਆ ਸੀ, ਉਹਨਾਂ ਦੇ ਦਿਲ ਦੀ ਫੀਲਿੰਗ ਮੈਂ ਆਪਣੇ ਕਹਿ ਸਕਦੇ ਵੀ ਆਵਾਜ਼ ਲਈ, ਆਵਾਜ਼ ਕਰਕੇ ਇੱਕ ਆਵਾਜ਼ ਨਾਲ ਕੱਢੀ ਸੀ। ਠੀਕ ਹੈ ਜੀ, ਫਿਰ ਦੋ ਲਾਈਨਾਂ ਹੋ ਜਾਣ। ਹਾਂਜੀ, ਹੋ ਕੀ ਹੋਇਆ ਮੇਰਾ ਸੱਜਣ ਕਾਲਾ, ਵੇ ਮੈਂ ਕੁੜੀਆਂ ਦੀ ਸਰਦਾਰ, ਵੇ ਮੈਨੂੰ ਕੁੜੀਆਂ ਕਹਿੰਦੀਆਂ, ਉਹ ਤੇਰਾ ਕਾਲੇ ਰੰਗ ਦਾ ਯਾਰ, ਵੇ ਮੈਨੂੰ ਕੁੜੀਆਂ ਕਹਿੰਦੀਆਂ ਵੇ। ਬਿਊਟੀਫੁਲ, ਬਹੁਤ ਸੋਹਣਾ ਲੱਗਿਆ, ਥੈਂਕ ਯੂ। ਯਾ, ਵੈਸੇ ਤੁਹਾਡੇ ਸੌਂਗ ਦੇ ਨਾਂ ਕਾਫੀ ਡਿਫਰੈਂਟ ਜੇ ਹੁੰਦੇ ਆ, ਕੌਣ ਡਿਸਾਈਡ ਕਰਦਾ ਹੈ? ਡਿਸਾਈਡ ਤਾਂ ਗਾਣੇ ਦੇ ਜਿਹੜਾ ਥੀਮ ਹੈ, ਗਾਣੇ ਦੇ ਅਕੋਰਡਿੰਗ ਹੀ ਅਸੀਂ ਜਿਹੜੇ ਟਾਈਟਲ ਨੇ ਉਹ ਕਰ ਦਿਆਂਗੇ ਗਾਣੇ ਦੇ ਵਿੱਚ, ਜੋ ਵੀ ਲਾਈਨਸ ਹੁੰਦੀਆਂ ਨੇ, ਜੋ ਪੀਰੀਅਡ ਹੁੰਦਾ ਉਹਦੇ ਅਕੋਰਡਿੰਗ ਹੀ ਅਸੀਂ ਗਾਣੇ ਦੇ ਸਾਰੇ ਟਾਈਟਲ ਚੂਜ਼ ਕਰਦੇ ਹਾਂ, ਸਾਰੀ ਟੀਮ ਹੀ ਕਰਦੇ ਹਾਂ ਇਕੱਠੇ ਬਹਿ ਕੇ। ਓਕੇ, ਹਾਂਜੀ। ਅਤੇ ਹੁਣ ਤੱਕ ਜਿਹੜੇ ਵੀ ਕੁਐਸਚਨਸ ਮੈਂ ਤੁਹਾਨੂੰ ਪੁੱਛੇ ਆ, ਕੋਈ ਵੀ ਇਰੀਟੇਟਿੰਗ ਲੱਗਿਆ ਜਾਂ ਇਰੀਟੇਟ ਤਾਂ ਨਹੀਂ ਕੀਤਾ ਕਿਸੇ ਕੁਐਸਚਨ ਨੇ? ਨਹੀਂ ਨਹੀਂ, ਕੁਐਸਚਨ ਤੁਹਾਡੇ ਬਹੁਤ ਵਧੀਆ, ਬਹੁਤ ਸ਼ਾਨਦਾਰ ਕੁਐਸਚਨ ਨੇ। ਹੋਰ ਕਰੋ ਕੋਈ ਫਨੀ ਸ਼ੈਨੀ ਗੱਲ। ਮੈਂ ਸੁਣਿਆ ਤੁਸੀਂ ਕਾਰ ਵਿੱਚ ਪਿਸਟਲ ਰੱਖਦੇ ਹੋ। ਕਿਹਨੇ ਕਿਹਾ ਹੈ? ਮੈਂ ਸੁਣਿਆ ਹੈ। ਕੀ ਤੋਂ ਸੁਣਿਆ ਤੁਸੀਂ? ਬਸ ਮਤਲਬ ਇਹ ਜਿਹੜੀ ਗੁਪਤ ਗੱਲਾਂ ਹੁੰਦੀਆਂ ਨੇ ਨਾ, ਇਹ ਨਹੀਂ ਦੱਸਣੀਆਂ ਚਾਹੀਦੀਆਂ। ਦੇਖੋ, ਅੱਜ ਕੱਲ੍ਹ ਹਰ ਬੰਦਾ ਸੈਲਫ ਡਿਫੈਂਸ ਦੇ ਭਾਲਦਾ ਹੈ ਨਾ। ਹਾਂਜੀ, ਅੱਜ ਕੱਲ੍ਹ ਜ਼ਰੂਰੀ ਵੀ ਹੈਗੇ ਇੱਦਾਂ ਦੀਆਂ ਚੀਜ਼ਾਂ, ਅਤੇ ਹਰ ਬੰਦੇ ਕੋਲ ਅੱਜ ਕੱਲ੍ਹ ਪਤਾ ਹੀ ਨਹੀਂ ਕਿਹਦੇ ਕੋਲ ਕੀ ਕੁਛ ਹੈ ਨਾ। ਹਾਂਜੀ, ਅਤੇ ਬਾਕੀ ਆਪਾਂ ਤਾਂ ਲੀਗਲੀ ਤੌਰ ਦੇ ਉੱਤੇ ਹਾਂ ਜਮਾਂ, ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ, ਸੈਲਫ ਡਿਫੈਂਸ ਜ਼ਰੂਰੀ ਆ, ਬਿਲਕੁਲ। ਅਤੇ ਆਰ ਯੂ ਸਕੇਅਰਡ ਆਫ ਯੂਅਰ ਪੇਰੈਂਟਸ? ਪੇਰੈਂਟਸ ਤੋਂ ਕਦੇ ਡਰ ਲੱਗਦਾ? ਮਤਲਬ ਪੇਰੈਂਟਸ ਤਾਂ ਆਲਵੇਜ਼ ਡਰ, ਤਾਂ ਤੁਹਾਨੂੰ ਪਤਾ ਹੀ ਇਹ ਪੇਰੈਂਟਸ ਜੀ, ਜੇ ਡਰਦੇ ਰਹਿਆਂਗੇ ਤਾਂ ਅੱਜ ਕਹਿੰਦੇ ਵੀ ਇੱਕ ਸਲੱਗ ਪੁੱਟਾਂਗੇ। ਜੇ ਛੋਟੇ ਹੁੰਦੇ ਬਹੁਤ ਕੁੱਟ ਪਈ ਹੈ, ਮੇਰੇ ਤਾਂ ਇੰਨੀ ਜ਼ਿਆਦਾ ਪਈ ਹੈ, ਮੰਮੀ ਨੇ ਵੀ ਡੈਡੀ ਨੇ ਬਹੁਤ ਖੱਲਿਆ ਮੈਨੂੰ, ਤਾਂ ਪਲੱਸ ਟੂ ਤੱਕ ਬਹੁਤ ਕੁੱਟਿਆ ਮੈਂ। ਅੱਛਾ, ਮਤਲਬ ਜੇ ਉਹਨਾਂ ਤੋਂ ਡਰਦੇ ਸੀ ਤਾਂ ਅੱਜ ਮੈਨੂੰ ਲੱਗਦਾ ਆਪਾਂ ਕਾਮਯਾਬ, ਜੇ ਆਪਾਂ ਨਾ ਡਰਦੇ ਹੁੰਦੇ, ਆਪਾਂ ਲੱਥ ਹੁੰਦੇ, ਤਾਂ ਹੁਣ ਮੈਨੂੰ ਲੱਗਦਾ ਵੀ ਆਪਾਂ ਉਹ ਗਏ ਹੁੰਦੇ, ਪਤਾ ਨਹੀਂ ਕਿਤੇ ਅੱਜ ਕੱਲ੍ਹ ਜੋ ਗਲਤ ਸੰਗਤ ਪੁੱਛੇ ਹੋਏ ਹੁੰਦੇ, ਕੋਈ ਪਤਾ ਨਹੀਂ ਸਿੰਗਰ ਬਣਦਾ, ਪਤਾ ਨਹੀਂ ਕੀ ਬਣਦਾ, ਠੀਕ ਹੈ, ਨਸ਼ੇ ਪੱਤਿਆਂ 'ਚ ਪੈ ਜਾਂਦੇ ਨਾ, ਪਰ ਘਰਦਿਆਂ ਤੋਂ ਡਰ ਵੀ ਹੋਣਾ ਜ਼ਰੂਰੀ ਹੈ, ਬਿਲਕੁਲ ਜੀ। ਅਤੇ ਕਦੇ ਆਪਣੇ ਡੈਡ ਦੇ ਵਾਲਟ ਤੋਂ ਪੈਸੇ ਕੱਢੇ ਤੁਸੀਂ?
ਬਿਲਕੁਲ ਕੱਢਿਆ ਠੀਕ ਹੈ ਜੀ ਹੁਣ ਉਹ ਦੇਖਣਗੇ ਡੈਡ ਮੇਰੇ ਜੌਬ ਕਰਦੇ ਸੀਗੇ ਹਾਂਜੀ ਜਦੋਂ ਜੌਬ ਕਰਦੇ ਸੀਗੇ ਅਤੇ ਉਹ ਸ਼ਾਮੀ ਕਈ ਵਾਰੀ ਪੈਕਸ਼ੈਕ ਵੀ ਲੱਗਿਆ ਹੁੰਦਾ ਸੀ ਉਹਨਾਂ ਦਾ ਜਦੋਂ ਆਉਂਦੇ ਸੀਗੇ ਅਤੇ ਪਤਾ ਤਾਂ ਕੀ ਹੋ ਸਕਦਾ ਵੀ ਦਸ ਪੰਜ ਸੱਤ ਦਸ ਰੁਪਏ ਇੱਦੋਂ ਵੱਧ ਨਹੀਂ ਇੱਦੋਂ ਵੱਡੀ ਪੰਜ ਸੱਤ ਦਸ ਦਸ ਹੀ ਬਹੁਤ ਵੱਡੇ ਹੁੰਦੇ ਸੀ ਜਦੋਂ ਮੈਂ ਹੁਣ ਤਾਂ 19 ਸਾਲ ਦਾ ਹੀ ਮੈਂ ਛੋਟੇ ਮੈਨੂੰ ਬਲ ਵੈਸੇ ਤੁਸੀਂ ਦੱਸਤਾ ਦਿਆ ਵੀ ਤੁਹਾਨੂੰ ਬਹੁਤ ਨਾ ਪੈਂਦੀ ਸੀਗੀ ਚਿੱਤਰ ਕਰਦੇ ਆ ਤੂੰ ਬਿਲਕੁਲ ਤੇ ਫਿਰ ਜੇ ਤੁਸੀਂ ਚੋਰੀ ਕਰਦੇ ਸੀ ਪੈਸੇ ਕਰਦੇ ਸੀ ਫਿਰ ਵੀ ਪਨਿਸ਼ਮੈਂਟਸ ਤਾਂ ਮਿਲਦੀਆਂ ਹੋਣੀਆਂ ਨਹੀਂ ਪਤਾ ਹੀ ਲੱਗਦਾ ਸੀਗਾ ਨਾ ਅੱਛਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜੇ ਕੋਈ ਵੱਡਾ ਨੋਟ ਕਰਦੇ ਫਿਰ ਹੀ ਪਤਾ ਲੱਗਦਾ ਨਹੀਂ ਸੀ ਪਤਾ ਲੱਗਦਾ ਓਕੇ ਛੋਟੇ ਮੋਟੇ ਨੋਟਾਂ ਨਾਲ ਨਹੀਂ ਪਤਾ ਲੱਗਦਾ ਉਹ ਤਾਂ ਚੱਲਦਾ ਰਹਿੰਦਾ ਸੀ ਲੱਗਦਾ ਹੁਣੇ ਤੁਸੀਂ ਮੈਨੂੰ ਦੱਸਿਆ ਵੀ ਪਲੱਸ 2 ਤੱਕ ਤਾਂ ਤੁਸੀਂ ਪੂਰੀ ਖੱਪ ਪਾਈ ਹੈ ਨਾ ਫਿਰ ਸਕੂਲੋਂ ਵੀ ਕੱਢਿਆ ਗਿਆ ਕਦੇ ਨਹੀਂ ਸਕੂਲੋਂ ਤਾਂ ਨਹੀਂ ਕੱਢਿਆ ਗਿਆ ਸਕੂਲੋਂ ਤਾਂ ਨਹੀਂ ਕੱਢਦੇ ਸੀਗੇ ਕਿਉਂਕਿ ਮੈਂ ਗਾਉਂਦਾ ਸੀਗਾ ਕਿਉਂਕਿ ਸ਼ਰਾਰਤਾਂ ਤਾਂ ਬਹੁਤ ਹੁੰਦੀਆਂ ਸੀਗੀਆਂ ਸਕੂਲ ਦੇ ਵਿੱਚ ਵੀ ਹੁੰਦੀਆਂ ਸੀਗੀਆਂ ਅਤੇ ਕੋਈ ਲੜਾਈ ਝਗੜੇ ਵੀ ਹੁੰਦੇ ਸੀਗੇ ਅਤੇ ਪਰ ਸਕੂਲ ਵਾਲਿਆਂ ਨੂੰ ਹੁੰਦਾ ਸੀ ਵੀ ਇਹਦੀ ਵੀ ਸਾਨੂੰ ਲੋੜ ਹੈਗੀ ਹੈ ਕਿਉਂਕਿ ਆਪਣੇ ਕਾਲਜ ਦਾ ਸਕੂਲ ਦਾ ਬੜਾ ਹੋਣਹਾਰ ਬੱਚਾ ਹੈ ਸਾਡੀ ਮਿਊਜ਼ਿਕ ਦੇ ਕਰਕੇ ਇਹਦੀ ਸਾਰੀ ਚੜ੍ਹਾਈ ਹੁੰਦੀ ਹੈ ਸਾਡੇ ਸਕੂਲ ਦੀ ਵੀ ਸਾਡੇ ਸਕੂਲ ਦਾ ਜਾਂ ਕਾਲਜ ਦਾ ਅਤੇ ਵਧੀਆ ਫਨ ਹੁੰਦਾ ਸੀਗਾ ਅਤੇ ਮੇਰਾ ਨਾ ਮੇਰੇ ਅੰਗਰੇਜ਼ੀ ਵਾਲੇ ਟੀਚਰ 'ਤੇ ਬੜਾ ਕਰੱਸ਼ ਸੀਗਾ ਤੁਹਾਡਾ ਵੀ ਰਹਿ ਗਿਆ ਤੇ ਟੀਚਰਸ 'ਤੇ ਕਰੱਸ਼ ਅੰਗਰੇਜ਼ੀ ਵਾਲੀ ਮੈਡਮ ਅੰਗਰੇਜ਼ੀ ਮੈਡਮ ਦਾ ਬਾਕੀ ਸੱਚੀ ਗੱਲ ਹੈ ਜਿੰਨੀਆਂ ਵੀ ਸੀ ਬਹੁਤ ਸੋਹਣੀਆਂ ਹੁੰਦੀਆਂ ਪਰ ਮੈਂ ਅੰਗਰੇਜ਼ੀ ਵਾਲੀ ਮੈਡਮ ਤੋਂ ਡਰ ਬਹੁਤ ਲੱਗਦਾ ਹੁੰਦਾ ਸੀਗਾ ਕਿਉਂਕਿ ਡਰ ਲੱਗਦਾ ਹੁੰਦਾ ਸੀਗਾ ਤਾਂ ਅੰਗਰੇਜ਼ੀ ਆਉਂਦੀ ਨਹੀਂ ਸੀ ਅੰਗਰੇਜ਼ੀ ਘੱਟ ਆਉਂਦੀ ਸੀਗੀ ਪਹਿਲਾਂ ਤਾਂ ਇੱਕ ਅੰਗਰੇਜ਼ੀ ਵਾਲੀ ਮੈਡਮ ਇੱਕ ਹਿੰਦੀ ਵਾਲੀ ਮੈਡਮ ਬਾਕੀ ਬਹੁਤ ਡਰ ਲੱਗਦਾ ਸੀਗਾ ਜੀ ਜਿਹੜੇ ਤੁਹਾਡੇ ਮੈਂ ਤਾਂ ਇੰਨਾ ਕਮਜ਼ੋਰ ਸੀਗਾ ਮੈਂ ਤਾਂ 10ਵੀਂ 'ਚੋਂ ਫੇਲ ਹਾਂ ਮੈਂ ਇੱਕ ਮਾਫ ਹੁੰਦਾ ਸੀ ਨਾ ਪਹਿਲਾਂ ਪੇਪਰ ਵੀ ਇੱਕ ਪੇਪਰ ਮਾਫ ਹੋਏ ਤੁਸੀਂ ਅਗਲੀ ਕਲਾਸ 'ਚ ਜਾ ਸਕਦੇ ਹੋ 6 ਨੰਬਰ ਆਏ ਸੀ ਮੇਰੇ 10ਵੀਂ 'ਚੋਂ ਸੱਚੀ ਦੱਸੋ 33 ਸੱਚੀ ਗੱਲ ਹੈ 33 ਨੰਬਰ ਚਾਹੀਦੇ ਸੀ ਪਾਸ ਹੋਣ ਵਾਸਤੇ ਮੇਰੇ 6 ਆਏ ਸੀ ਫਿਰ ਉਦੋਂ ਮੈਂ ਟਿਊਸ਼ਨ ਰੱਖੀ ਘਰਦੇ ਕਹਿੰਦੇ ਨਹੀਂ ਇੱਕ ਪੇਪਰ ਜਿਹੜਾ ਰਹਿੰਦਾ ਇਹਨੂੰ ਵੀ ਕਲੀਅਰ ਕਰਕੇ ਕਰਨਾ ਪਊਗਾ ਫਿਰ ਮੈਂ ਜਦੋਂ ਟਿਊਸ਼ਨ ਰੱਖੀ 2 ਮਹੀਨੇ ਅਤੇ ਫਿਰ ਮੇਰੀ 0 ਆਈ ਜਮਾਂ ਸੱਚੀ ਗੱਲ ਮੇਰੇ ਕੋਲ 0 ਵਾਲਾ ਸਰਟੀਫਿਕੇਟ ਆ ਉਹ ਕਿਉਂਕਿ ਪਹਿਲਾਂ ਉਹ ਲੈ ਲੈਂਦੇ ਹੁੰਦੇ ਨੇ ਨਾ ਵਾਪਸ ਕਰ ਲੈਂਦੇ ਮਤਲਬ ਟਿਊਸ਼ਨ ਲੱਗਣ ਤੋਂ ਬਾਅਦ 0 ਹੋ ਗਿਆ ਹੋ ਗਈ ਮੈਥ ਬਹੁਤ ਮਾੜਾ ਸੀ ਜੋ ਮੈਥ ਤਾਂ ਮੇਰਾ ਵੀ ਮਾੜਾ ਸੀ ਵੈਸੇ ਜਿਹੜਾ ਤੁਹਾਡਾ ਸੌਂਗ ਆਇਆ ਸੀ ਅੰਗਰੇਜ਼ੀ ਵਾਲੀ ਮੈਡਮ ਹਾਂਜੀ ਉਹਨੇ ਕੁਲਵਿੰਦਰ ਬਿੱਲਾ ਦੀ ਇਮੇਜ ਅਲੱਗ ਬਣਾਤੀ ਹੈ ਨਾ ਬਿਲਕੁਲ ਤੇ ਹਾਊ ਡਿਡ ਯੂ ਪਲਾਨ ਦ ਸੌਂਗ ਦੇਖੋ ਤੁਸੀਂ ਕਹਿੰਦੇ ਵੀ ਉਹਦੇ ਨਾਲ ਇੱਕ ਮੇਰੀ ਅਲੱਗ ਜਗ੍ਹਾ ਬਣੀ ਹੈ ਨਾ ਹਰ ਤਰ੍ਹਾਂ ਦੇ ਗਾਣੇ ਗਾਉਣੇ ਚਾਹੀਦੇ ਨੇ ਮੈਨੂੰ ਲੱਗਦਾ ਤੁਸੀਂ ਹੁਣ ਦੇਖੋ ਮੈਂ ਉੱਧਰ ਬੱਲੇ ਬੱਲੇ 'ਤੇ ਇੱਕ ਹੋਰ ਗਾਣਾ ਚੱਲੀ ਜਾਂਦਾ ਮੇਰਾ ਨਾ ਹੈ ਨਾ ਮੈਂ ਉਹਦੇ ਕੋਲੇ ਖੜ੍ਹਦੀ ਹਾਂ ਸਕਰੀਨ 'ਤੇ ਆਹਾ ਬੜਾ ਛਾਈ ਜਾਂਦਾ ਕੁਲਵਿੰਦਰ ਬਿੱਲਾ ਉੱਧਰ ਬਾਬਾ ਬੱਲੇ ਬੱਲੇ ਹੈ ਛੱਛਾ ਛਾਵਾ ਛਾਵਾ ਜੇ ਕੌਣ ਪ੍ਰਾਹੁਣਾ ਆਇਆ ਨਹੀਂ ਯੈਸ ਦੇਖੋ ਕੀ ਬਾਤ ਹੈ ਅਤੇ ਬਾਕੀ ਜੇ ਤੁਸੀਂ ਅੰਗਰੇਜ਼ੀ ਵਾਲੀ ਮੈਡਮ ਦੀ ਗੱਲ ਕਰੀਏ ਹਰ ਤਰ੍ਹਾਂ ਦੇ ਗਾਣੇ ਮੈਨੂੰ ਲੱਗਦਾ ਵੀ ਗਾਉਣੇ ਚਾਹੀਦੇ ਨੇ ਵੈਸਟਰਨ ਹੋਵੇ ਰੋਮੈਂਟਿਕ ਹੋਵੇ ਸੈਡ ਹੋਵੇ ਹਰ ਤਰੀਕੇ ਦੇ ਗਾਣੇ ਗਾਉਣਾ ਮੈਨੂੰ ਵਧੀਆ ਲੱਗਦਾ ਹਾਂਜੀ ਅੱਛਾ ਤੁਸੀਂ ਹਰ ਤਰੀਕੇ ਦੇ ਗਾਣੇ ਗਾ ਚੁੱਕੇ ਹੁਣ ਤੱਕ ਹਨਾ ਤੇ ਹੁਣ ਕੀ ਪਲਾਨ ਹੈ ਨੈਕਸਟ ਹੁਣ ਪਲਾਨ ਸਾਡੇ ਇਸ ਸਾਲ ਨੈਕਸਟ ਮੂਵੀਆਂ ਦੇ ਨੇ ਹੁਣ ਇੱਕ ਮੇਰੀ ਮੂਵੀ ਟੈਲੀਵਿਜ਼ਨ ਸ਼ੂਟ ਹੋ ਚੁੱਕੀ ਹੈ ਹਾਂਜੀ ਤੇ ਦੂਸਰੀ ਮੂਵੀ ਸਾਡੀ ਛੱਲੇ ਮੁੰਦੀ ਹੈ ਮੇਰੀ ਤੇ ਐਮੀ ਵਿਰਕ ਦੀ ਅੱਜ ਫਿਰ ਅਸੀਂ ਸਪੈਸ਼ਲ ਆਏਗੇ ਬੱਲੇ ਬੱਲੇ ਦੀ ਟੀਮ ਨੇ ਸਾਨੂੰ ਬੁਲਾਇਆ ਅਸੀਂ ਕਹਿੰਦੇ ਸ਼ੂਟ ਤੇ ਅੱਜ ਛੁੱਟੀ ਮਾਰ ਕੇ ਸਪੈਸ਼ਲ ਅੱਜ ਆਪਾਂ ਬੱਲੇ ਬੱਲੇ ਦੀ ਟੀਮ ਥੈਂਕ ਯੂ ਸੋ ਮਚ ਬਿਲਾ ਜੀ ਤੁਸੀਂ ਆਏ ਤੇ ਹੁਣ ਜਿਹੜੇ ਮੈਂ ਤੁਹਾਨੂੰ ਕੁਐਸਚਨਸ ਪੁੱਛੂੰਗੀ ਉਹਨਾਂ 'ਚ ਤੁਸੀਂ ਇੱਕ ਚੂਜ਼ ਕਰਨਾ ਹੈ ਮੈਂ ਤੁਹਾਨੂੰ 2 ਆਪਸ਼ਨ ਦੂੰਗੀ ਤੁਸੀਂ ਇੱਕ ਚੂਜ਼ ਕਰਨਾ ਹੈ ਠੀਕ ਹੈ ਓਕੇ ਵਾਚਸ ਜਾਂ ਸਨਗਲਾਸਿਸ ਵਾਚਸ ਓਕੇ ਸ਼ਾਰਟਸ ਜਾਂ ਟੀ ਸ਼ਰਟਸ ਟੀ ਸ਼ਰਟ ਟਾਈਮ ਟੇਬਲ 1 ਜਾਂ ਟਾਈਮ ਟੇਬਲ 2 ਟਾਈਮ ਟੇਬਲ 1 ਓਕੇ ਵਾਮਿਕਾ ਗੱਬੀ ਜਾਂ ਮੈਂਡੀ ਟੱਕਰ ਮੈਂਡੀ ਟੱਕਰ ਸਿੰਗਿੰਗ ਜਾਂ ਐਕਟਿੰਗ ਸਿੰਗਿੰਗ ਵੀ ਐਂਡ ਐਕਟਿੰਗ ਵੀ ਸਿੰਗਿੰਗ ਪਹਿਲਾ ਪਾਰਟ ਹੈ ਉਹਨੂੰ ਛੱਡ ਨਹੀਂ ਸਕਦੇ ਕਿਉਂਕਿ ਕੋਈ ਬੇਸ ਹੈ ਜਿਹਦੇ ਕਰਕੇ ਆਪਣੀ ਨੀਂਹ ਖੜੀ ਹੋਈ ਹੈ ਅਤੇ ਦੋਨਾਂ ਦਾ ਆਪਣਾ 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 ਦਾਇਰਾ ਇਹ ਜਿਹੜਾ ਮੈਂ ਹੁਣ ਪੁੱਛਣ ਲੱਗੀ ਲਾਸਟ 'ਚ ਥੋੜ੍ਹਾ ਜਿਹਾ ਕੰਪਲੀਕੇਟਿਡ ਹੈ ਮੈਰਿਡ ਔਰ ਕਮਿਟਿਡ ਬਿਲਕੁਲ ਮੈਰਿਡ ਬਿਲਕੁਲ ਮੈਰਿਡ ਓਕੇ ਠੀਕ ਹੈ ਅਤੇ ਹੁਣ ਮੈਂ ਤੁਹਾਨੂੰ ਨਾ ਕੁਝ ਤੁਹਾਡੀਆਂ ਹੀ ਪਿਕਚਰਸ ਦਿਖਾਊਂਗੀ ਤੇ ਤੁਸੀਂ ਮੈਨੂੰ ਉਹਨਾਂ ਬਾਰੇ ਦੱਸਣਾ ਹੈ ਉਹ ਮੂਮੈਂਟ ਉਹ ਫੀਲਿੰਗਸ ਉਸ ਟਾਈਮ ਦੀ ਹਾਂਜੀ ਤੇ ਸਭ ਤੋਂ ਪਹਿਲਾਂ ਇਹ ਵਾਲੀ ਪਿਕਚਰ ਦਾ ਮੈਨੂੰ ਦੱਸੋ ਕਿ ਤੁਸੀਂ ਕਿੰਨਾ ਜਿਮ ਜਾਂਦੇ ਹੋ ਕਿੰਨੇ ਜਿਮ ਫਰੀਕ ਹੋ ਹਾਏ ਹਾਏ ਇੱਥੇ ਮੈਂ ਕਿੰਨਾ ਫਿੱਟ ਹਾਂ ਨਾ ਬੜਾ ਸ਼ੌਂਕ ਹੈ ਮੈਨੂੰ ਜਿਮ ਦਾ ਜਦੋਂ ਵੀ ਮੇਰਾ ਜੀ ਕਰੇ ਵੀ ਮੈਂ ਵਿਹਲਾ ਹੋਵਾਂ ਤਾਂ ਉਸ ਦਿਨ ਮੈਂ ਜਿਮ ਪੱਕਾ ਜਾਣਾ ਹੀ ਜਾਣਾ ਪਰ ਬਾਬੇ ਦੀ ਮਿਹਰ ਨੇ ਪਰਮਾਤਮਾ ਦੇ ਮੈਂ ਸਾਰੇ ਜਿੰਨੇ ਮੇਰੇ ਫੈਨਸ ਨੇ ਉਹਨਾਂ ਦਾ ਮੈਂ ਇੰਨਾ ਸ਼ੁਕਰੀਆ ਇੰਨਾ ਕੁ ਬਿਜ਼ੀ ਕਰਿਆ ਪਿਆ ਕਈ ਵਾਰੀ ਮੈਨੂੰ ਲੱਗਦਾ ਹਫ਼ਤੇ ਦੇ ਵਿੱਚ 1 ਜਾਂ 2 ਦਿਨ ਮਸਾਂ ਜਿੰਮ ਜਾਈ ਜਾਂਦੀ ਹੈ ਅਤੇ ਪਰ ਮੈਨੂੰ ਸ਼ੌਂਕ ਬਹੁਤ ਹੈ ਵੀ ਮੈਂ ਬਹੁਤ ਵਧੀਆ ਅੱਛੀ ਜਿੰਮ ਲਾਵਾਂ ਅਤੇ ਵਧੀਆ ਪੂਰਾ ਪੈਕ ਪੂਕ ਹੋਣ ਮੇਰੇ ਅਤੇ ਮਤਲਬ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਤੁਹਾਡਾ ਵੇਟ ਕਿੰਨਾ ਸੀ ਇੰਡਸਟਰੀ ਆਉਣ ਤੋਂ ਪਹਿਲਾਂ ਮੇਰਾ ਵੇਟ ਸੀਗਾ ਜਦੋਂ ਮੇਰਾ ਕਾਲੇ ਰੰਗ ਦਾ ਯਾਰ ਗਾਣਾ ਆਇਆ ਸੀ ਉਦੋਂ ਮੇਰਾ ਵੇਟ 80 ਕਿਲੋ ਸੀਗਾ ਉਸ ਤੋਂ ਬਾਅਦ ਫਿਰ ਮੈਂ ਵੇਟ ਲੂਜ਼ ਕੀਤਾ ਸੀ 2013 ਦੇ ਵਿੱਚ ਹਾਂਜੀ ਉਦੋਂ ਫਿਰ ਮੈਂ 67 ਵੇਟ ਕੀਤਾ ਸੀ ਆਪਣਾ ਮਤਲਬ ਤੁਸੀਂ ਸਟ੍ਰਿਕਟਲੀ ਡਾਈਟ ਫੋਲੋ ਕਰਦੇ ਹੋ ਜਾਂ ਪੰਜਾਬੀਆਂ ਵਾਂਗੂ ਚੀਟ ਵੀ ਕਰਦੇ ਹੋ
ਨਹੀਂ ਚੀਟ ਵੀ ਕਰ ਦਿਆਂਗੇ ਅਤੇ ਪ੍ਰੋਪਰ ਕਰਦਾ ਵੀ ਇੱਦਾਂ ਨਹੀਂ ਹੈਗਾ ਵੀ ਵੀ ਮੈਂ ਫਾਲਤੂ ਖਾਣਾ ਰਹਿਣਾ ਪਰ ਬਹੁਤ ਕੋਸ਼ਿਸ਼ ਕਰਦਾ ਵੀ 90% ਤਾਂ ਵੀ ਮੈਂ ਫੋਲੋ ਕਰਦਾ ਹੀ ਹਾਂ ਜਿੰਨਾ ਕੁ ਖਾਧਾ ਜਾਵੇ ਅਤੇ ਹੁਣ ਨੈਕਸਟ ਆਹ ਵਾਲੀ ਪਿੱਕ ਕਿੰਨਾ ਕਿਊਟ ਮੁੰਡਾ ਨਾ ਕਿਊਟ ਮੁੰਡਾ ਤਾਂ ਹੈ ਇਹ ਬਹੁਤ ਜ਼ਿਆਦਾ ਪਰ ਇਹ ਨੋਟੀ ਵੀ ਸੀਗਾ ਬਹੁਤ ਆਹ ਉਮਰ 'ਚ ਤਾਂ ਬਹੁਤ ਨੋਟੀ ਰੁਮਾਲ ਹੈ ਨਾ ਵੀ ਪੁਰਾਣਾ ਇੱਕ ਕਲਚਰ ਸੀਗਾ ਕਿੰਨਾ ਵਧੀਆ ਸੀਗਾ ਰੁਮਾਲ ਵਾਲਾ ਆਹ ਸਿਸਟਮ ਜੋ ਵੀ ਹੈ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਮੈਂ ਗਾਣੇ ਵੀ ਤਾਂ ਪੀਰੀਅਡ ਬਹੁਤ ਗਾਣੇ ਗਾ ਕੇ ਰਾਜੀ ਹੈਗਾ ਫਿਲਮਾਂ ਵੀ ਗਾਣੇ ਵੀ ਕਿਉਂਕਿ ਇਸ ਟਾਈਮ ਨਾਲ ਮੈਨੂੰ ਬਹੁਤ ਪਿਆਰ ਹੈ ਕਿਉਂਕਿ ਜਦੋਂ ਸਾਰੀਆਂ ਫੈਮਲੀਆਂ ਜੁਆਇੰਟ ਰਹਿੰਦੀਆਂ ਸੀ ਚਾਚੇ ਤਾਏ ਸਾਰੇ ਕੱਚੇ ਘਰ ਹੁੰਦੇ ਸੀ ਮਾਹੌਲ ਹੁੰਦਾ ਸੀਗਾ ਉਹ ਪਿਆਰ ਮੁਹੱਬਤ ਦੁਆਰੇ ਫਿਰ ਆ ਜੇ ਪੰਜਾਬ ਫਿਰ ਮੁੜ ਤੋਂ ਵਾਪਸ ਆ ਜੇ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਅੱਛਾ ਚਲੋ ਮੈਨੂੰ ਇਹ ਦੱਸੋ ਵੀ ਇਹ ਇਸ ਪਿੱਕ ਨੂੰ ਦੇਖ ਕੇ ਤੁਹਾਨੂੰ ਸਭ ਤੋਂ ਵੱਡੀ ਸ਼ਰਾਰਤ ਕੀ ਕੀਤੀ ਆ ਉਹ ਯਾਦ ਆਉਂਦੀ ਹੈ ਇਸ ਪਿੱਕ ਨੂੰ ਦੇਖ ਕੇ ਮੈਂ ਲੱਗਦਾ ਵੀ ਕੋਈ ਸ਼ਰਾਰਤ ਡੇਲੀ ਕਰਦਾ ਸੀਗਾ ਮੈਂ ਇਹੋ ਜਿਹੀ ਸ਼ਰਾਰਤ ਹੈ ਹੀ ਨਹੀਂ ਸੀਗਾ ਘਰੇ ਬਹੁਤ ਘੱਟ ਵੜਦਾ ਸੀਗਾ ਖੇਡਣ ਖੁੱਡਣ ਭੱਜ ਜਾਂਦੇ ਸੀਗੇ ਅਤੇ ਘਰਦੇ ਫਿਰ ਆ ਕਹਿੰਦੇ ਸੀ ਤੂੰ ਪੜ੍ਹਦਾ ਨਹੀਂ ਹੈਗਾ ਪੜ੍ਹਾਈ ਪਿੱਛੇ ਮੈਨੂੰ ਬਹੁਤ ਗਾਲਾਂ ਕੱਢਦੇ ਪਰ ਮੈਂ ਮੇਰਾ ਭਰਾ ਸੀ ਜਿਹੜਾ ਵੱਡਾ ਯਾਦਵਿੰਦਰ ਉਹ ਬਹੁਤ ਇੰਟੈਲੀਜੈਂਟ ਸੀਗਾ ਇੰਟੈਲੀਜੈਂਟ ਵੀ ਉਹ ਪੜ੍ਹਦਾ ਬਹੁਤ ਸੀਗਾ ਉਹ ਨਹੀਂ ਪਤਾ ਵੀ 24 ਘੰਟਿਆਂ ਦੇ ਵਿੱਚੋਂ 15-16 ਘੰਟੇ ਪੜ੍ਹਦਾ ਸੀ ਮੈਨੂੰ ਕਹਿੰਦੇ ਵੀ ਤੂੰ ਜਮੀ ਨਹੀਂ ਪੜ੍ਹਦਾ ਹੈਗਾ ਘੰਟਾ ਮਸਾਂ ਪੜ੍ਹ ਕੇ ਉੱਠ ਜਾਂਦਾ ਮੈਂ ਆਖਿਆ ਵੀ ਨੰਬਰ ਉਹਦੇ ਜਿੰਨੇ ਲਊਂਗਾ ਮੈਂ ਤੁਹਾਨੂੰ ਕੀ ਉਹ 18 ਘੰਟੇ ਪੜ੍ਹਦਾ ਮੈਂ 5 ਘੰਟਾ ਪੜ੍ਹਦਾ ਮੈਂ ਪਾਸ ਹੋਊਂਗਾ 50% ਤਾਂ ਲਊਂਗਾ ਹੀ ਲਊਂਗਾ ਬਾਕੀ ਦੇਖੀ ਜਾਊ ਓਕੇ ਅਤੇ ਇਸ ਪਿੱਕ ਬਾਰੇ ਦੱਸੋ ਕੁਛ ਹਾਂ ਦੇਖੋ ਆ ਗਈ ਨਾ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ ਪਲਾਜ਼ੋ ਪਹਿਲਾਂ ਮੁੰਡੇ ਪਾਉਂਦੇ ਹੁੰਦੇ ਸੀ ਠੀਕ ਹੈ ਅੱਜ ਕੱਲ੍ਹ ਕੁੜੀਆਂ ਪਾਉਣ ਲੱਗੀਆਂ ਦੇਖੋ ਆਹ ਮੇਰੇ ਤਾਏ ਦਾ ਮੁੰਡਾ ਹੈ ਵੀਰਾ ਠੀਕ ਹੈ ਆਹ ਮੇਰਾ ਵੱਡਾ ਭਰਾ ਹੈ ਠੀਕ ਹੈ ਆਹ ਮੇਰੇ ਚਾਚੇ ਦਾ ਮੁੰਡਾ ਇਹ ਵੀ ਮੇਰੇ ਤਾਏ ਦਾ ਮੁੰਡਾ ਜੱਸੀ ਆਹ ਮੈਂ ਹਾਂ ਦੇਖੋ ਸਾਰਿਆਂ ਦੇ ਇਹਦੇ ਤਾਂ ਪੈਰ ਵੀ ਨਹੀਂ ਦਿੰਦੇ ਹਾਂਜੀ ਮੈਂ ਜਦੋਂ ਇਹ ਪਿੱਕ ਦੇਖੀ ਸੀ ਨਾ ਮੈਨੂੰ ਲੱਗਿਆ ਸੀ ਵੀ ਪਲਾਜ਼ੋ ਗਾਣਾ ਇਹਦੇ ਤੋਂ ਇਨਸਪਾਇਰਡ ਹੈ ਪਹਿਲਾਂ ਜਿਹੜੀ ਬੈਲ ਬਟਨ ਪਹਿਲਾਂ ਪੈਂਟਾਂ ਪਾਉਂਦੇ ਸੀ ਉਦੋਂ ਲੜਾਈ ਹੁੰਦੀ ਘਰਦੇ ਮੈਨੂੰ ਨਹੀਂ ਪਤਾ ਮੈਂ ਤਾਂ 24 ਇੰਚ ਮੂਰੀ ਕਰਾਉਂਗਾ ਹੁਣ ਇਹਦੇ ਇੱਕ ਹੋਰ ਇਹਦਾ ਫਾਇਦਾ ਹੋਰ ਵੀ ਸੀ ਥੱਲੇ ਬੂਟ ਪਾਉਣ ਦੀ ਵੀ ਲੋੜ ਨਹੀਂ ਸੀ ਪਤਾ ਨਹੀਂ ਵੀ ਬੂਟ ਹੈਗੇ ਜਾਂ ਨਹੀਂ ਹੈਗੇ ਨਾ ਸ਼ੂ ਦਾ ਬਹੁਤ ਫਾਇਦਾ ਹੁੰਦਾ ਸੀ ਘਰਦਿਆਂ ਨੂੰ ਇੱਕ ਫਾਇਦਾ ਜ਼ਰੂਰ ਹੁੰਦਾ ਵੀ ਕੱਪੜਾ ਜ਼ਰੂਰ ਵੱਧ ਲੱਗੂਗਾ ਠੀਕ ਹੈ ਮੂਰੀ ਇਹਦੀ 28 ਇੰਚ ਹੋਣੀ ਇਹਨਾਂ ਦੀ ਵੈਸੇ ਕਿਸੇ ਦੇ ਸ਼ੂ ਨਹੀਂ ਦਿਖ ਰਹੇ ਤੁਹਾਡੇ ਹੀ ਦਿਖ ਰਹੇ ਨੇ ਇਸ ਪਿਕਚਰ ਮੈਂ ਫਿਰ ਥੋੜ੍ਹਾ ਜਿਹਾ ਸਟਾਈਲਿਸ਼ ਨਾਲ ਦੇਖੋ ਨਾ ਕਿਹਸਾ ਨਾ ਥੋੜ੍ਹਾ ਜਿਹਾ ਹਜੇ ਮੈਂ ਛੋਟਾ ਸੀ ਮੈਨੂੰ ਘਰਦੇ ਲੜਦੇ ਸੀ ਵੀ ਨਹੀਂ ਤੇਰੀ ਮੂਰੀ ਨਹੀਂ 24 ਇੰਚ ਕਰਨੀ ਜੀ ਹਾਂ ਇੰਨੀ ਕੁ ਰੱਖਣੀ ਹੈ ਕਿਆ ਬਾਤ ਹੈ ਤੇ ਇਸ ਪਿਕ ਵਿੱਚ ਤੁਹਾਡੀ ਏਜ ਕਿੰਨੀ ਸੀ ਇਸ ਪਿਕ 'ਚ ਮੇਰੀ ਲੱਗਦਾ ਏਜ ਹੋਣੀ ਤੁਸੀਂ ਗਲਤ ਸਵਾਲ ਪੁੱਛਿਆ ਮੇਰੇ ਤੋਂ ਇਸ ਪਿਕ ਦੇ ਵਿੱਚ ਮੈਂ ਬਹੁਤ ਛੋਟਾ ਹੈਗਾ 5 ਸਾਲ ਦਾ ਹੋਣਾ ਮੈਂ ਹਾਈਟ ਬਹੁਤ ਕਰ ਗਿਆ ਸੀਗਾ ਪਰ 5 ਸਾਲ ਦੇ ਤਾਂ ਤੁਸੀਂ ਲੱਗ ਨਹੀਂ ਰਹੇ ਮੈਨੂੰ 15 ਦਾ ਹੋਊਗਾ ਹਾਂ 15 ਦਾ ਵੀ ਨਹੀਂ ਹੋਣਾ 10 ਸਾਲ ਦਾ ਹੋਊਗਾ ਚਲੋ ਠੀਕ ਹੈ ਹੁਣ ਲਾਸਟ ਏ ਵਾਲੀ ਪਿਕ ਦਾ ਮੈਨੂੰ ਦੱਸੋ ਕਿ ਤੁਹਾਡੇ ਫਰੈਂਡਸ ਦੀ ਇੰਪੋਰਟੈਂਸ ਕਿੰਨੀ ਹੈ ਤੁਹਾਡੀ ਲਾਈਫ ਵਿੱਚ ਦੇਖੋ ਆ ਗਏ ਹਰਦੀਪ ਮਾਨ ਸਾਹਿਬ ਹਾਂਜੀ ਇਹ ਨੇ ਹਰਦੀਪ ਮਾਨ ਸਾਹਿਬ ਹਰਦੀਪ ਸਾਹਿਬ ਮਾਨ ਸਾਹਿਬ ਅੱਜ ਇੱਥੇ ਵੀ ਆਏ ਹੋਏ ਆਪਾਂ ਉਹਨਾਂ ਨੂੰ ਵੀ ਬੁਲਾ ਲਈ ਪ੍ਰੋਪਰ ਸਾਡੀ ਟੀਮ ਹੈ ਲੈ ਜੀ ਤੁਹਾਨੂੰ ਮਾਨਾ ਦਾ ਮਾਨ ਹਰਦੀਪ ਮਾਨ ਲਓ ਜੀ ਪੇਸ਼ ਹੈ ਖੜੀ ਆ ਨਾ ਮੁੱਛ ਦੇਖੋ ਕੈਸੀ ਹੈ ਮੈਂ ਵੀ ਬਿਲਕੁਲ ਵਧੀਆ ਤੇ ਤੁਹਾਨੂੰ ਨਾਲ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਕਿ ਮਤਲਬ ਮੈਂ ਇਹਨਾਂ ਨੂੰ ਇੱਕ ਪਿਕਚਰ ਦਿੱਤੀ ਸੀ ਤੁਹਾਡੇ ਨਾਲ ਇਹਨਾਂ ਨੇ ਪੋਸਟ ਕੀਤੀ ਸੀ ਤੇ ਤੁਹਾਡੀ ਫਰੈਂਡਸ਼ਿਪ ਬਹੁਤ ਹੀ ਇਹਨੂੰ ਟਾਈਮ ਦੀ ਹੈਗੀ ਹੈ ਤੇ ਮੈਨੂੰ ਮੈਂ ਜਾਣਨਾ ਚਾਹੁੰਦੀ ਸੀ ਵੀ ਕਿੰਨਾ ਕੁ ਪਿਆਰ ਹੈ ਤੁਹਾਡੇ ਦੋਨਾਂ ਵਿੱਚ ਸਾਡਾ ਬਹੁਤ ਪਿਆਰ ਹੈ ਜੀ ਅਸੀਂ ਵੀ ਰੋਟੀ ਇਕੱਠੇ ਖਾਂਦੇ ਆ ਹਾਂਜੀ ਤੇ ਜ਼ਿਆਦਾ ਟਾਈਮ ਅਸੀਂ ਇਕੱਠੇ ਰਹਿੰਦੇ ਆ ਹਾਂਜੀ ਹਾਂਜੀ ਦੂਰ ਨਹੀਂ ਰਹਿ ਸਕਦੇ ਇੱਕ ਦੂਜੇ ਤੇ ਤੁਸੀਂ ਕੈਮਰਾ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਦੋਵੇਂ ਇਕੱਠੇ ਹੋ ਤੁਸੀਂ ਕੁਲਵਿੰਦਰ ਜੀ ਨੂੰ ਕੁਝ ਕਹਿਣਾ ਚਾਹੋਗੇ ਚਾਹੋਗੇ ਤੁਹਾਡੀ ਦੋਸਤੀ ਐਵੇਂ ਬਣੀ ਰਹੇ ਥੈਂਕ ਯੂ ਥੈਂਕ ਯੂ ਹਰਦੀਪ ਸਿੰਘ ਗੇੜਾ ਗੂੜਾ ਕੱਢਿਆ ਫਿਰ ਮੈਂ ਥੋੜਾ ਜਿਹਾ 2-4 ਹੋਰ ਗੱਲਾਂ ਕਰਨਾ ਓਕੇ ਤੇ ਹੁਣ ਤੁਸੀਂ ਮੈਨੂੰ 1 word 'ਚ ਆਨਸਰ ਦੇਣਾ ਹੈ favorite singer yes sardul sikandar okay te fir sardul sikandar ji da koi gaana ho jaye bahut sare gaane hai unna de ji jinna nu sun sun bade hoye sige koshish karde si vi vadhiya gaun di koshish kare unna de gaane nege ho
ਵਸਿਆ ਰਹਿੰਦਾ ਸੀ ਜਿਹਦਾ ਸਾਂ ਮੇਰੇ ਸਾਵਾਂ ਤੇ ਉਹ ਲਿਖਿਆ ਰਹਿੰਦਾ ਸੀ ਜਿਹਦਾ ਨਾਂ ਮੇਰੀ ਬਾਹਾਂ ਤੇ ਹੌਲੀ ਹੌਲੀ ਬਾਹਾਂ ਤੋਂ ਹੌਲੀ ਹੌਲੀ ਬਾਹਾਂ ਤੋਂ ਹੌਲੀ ਹੌਲੀ ਬਾਹਾਂ ਤੋਂ ਮਿਟਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ। ਕੀ ਬਾਤ ਹੈ, ਬਹੁਤ ਹੀ ਵਧੀਆ ਲੱਗਿਆ। ਮਤਲਬ ਮੈਂ ਬਹੁਤ ਟਾਈਮ ਬਾਅਦ ਇਹ ਗਾਣਾ ਸੁਣਿਆ ਤੇ ਇੰਨਾ ਸੋਹਣਾ ਲੱਗ ਰਿਹਾ ਸੀ ਕਿ। ਥੈਂਕ ਯੂ। ਫੇਵਰੇਟ ਫਿਲਮ ਕਿਹੜੀ ਹੈ ਤੁਹਾਡੀ? ਫੇਵਰੇਟ ਫਿਲਮ ਪੰਜਾਬੀ ਦੀ ਗੱਲ ਕਰਦੇ ਹੋ ਕਿ ਹਿੰਦੀ ਫਿਲਮ ਦੀ ਗੱਲ ਕਰਦੇ ਹੋ? ਦੋਨੇ ਦੱਸ ਦਿਓ। ਹਿੰਦੀ ਦੇ ਵਿੱਚ ਜੇ ਮੈਂ ਦੇਖਿਆ ਤਾਂ ਮੈਨੂੰ ਬਹੁਤ ਮੂਵੀਆਂ ਵੈਸੇ ਪਸੰਦ ਨੇ, ਪਰ ਪੀ ਕੇ ਮੂਵੀ ਮੈਨੂੰ ਬਹੁਤ ਵਧੀਆ ਲੱਗੀ। ਯੈਸ, ਬਿਲਕੁਲ। ਅਤੇ ਪੰਜਾਬੀ? ਪੰਜਾਬੀ ਦੇ ਵਿੱਚ ਦੇਖਿਆ ਜਾਵੇ ਤਾਂ ਮੂਵੀਆਂ ਬਹੁਤ ਵਧੀਆ ਨੇ ਮੈਨੂੰ। ਪੀਰੀਅਡ ਦੇ ਵਿੱਚ ਉਹ ਦੇਖਿਆ ਜਾਵੇ 1984 ਵੀ ਵਧੀਆ ਲੱਗਦੀ ਹੈ, ਦਲਜੀਤ ਬਾਈ ਉਹਨਾਂ ਦੀ ਐਂਡ ਅਮਰਿੰਦਰ ਬਾਈ ਉਹਨਾਂ ਦੀ। ਅੰਗਰੇਜ਼ ਮੂਵੀ, ਅੰਗਰੇਜ਼ ਮੂਵੀ ਮੈਨੂੰ ਬਹੁਤ ਵਧੀਆ ਲੱਗਦੀ ਹੈ। ਅੰਗਰੇਜ਼ ਦਾ ਮੈਂ ਇੱਕ ਬਹੁਤ ਮਿਸ ਵੀ ਕਰਦਾ ਹੁੰਦਾ ਕਿਉਂਕਿ ਉਹਦੇ ਵਿੱਚ ਜਿਹੜਾ ਐਮੀ ਦਾ ਪਾਰਟ ਸੀ ਨਾ, ਜਿਹੜਾ ਐਮੀ ਵਿਰਕ ਨੇ ਕੀਤਾ ਸੀਗਾ, ਉਹ ਮੈਨੂੰ ਫੋਨ ਆਇਆ ਸੀਗਾ ਬਾਈ ਉਹਨਾਂ ਦਾ, ਕਹਿੰਦੇ ਵੀ ਇੱਕ ਰੋਲ ਹੈ ਜਿਹਦੇ ਵਿੱਚ ਇੱਕ ਵਿਲਨ ਦਾ ਰੋਲ ਕਰਨਾ। ਮਹਾਂ ਬਾਈ, ਮੈਂ ਵਿਲਨ ਥੋੜ੍ਹਾ ਲੱਗਦਾ ਤੁਹਾਨੂੰ, ਗੁੰਡਾ ਥੋੜ੍ਹਾ ਲੱਗਦਾ। ਉਸ ਟਾਈਮ ਪੰਜਾਬੀ ਮੂਵੀ ਦਾ ਥੋੜ੍ਹਾ ਇੱਕ ਨਵਾਂ ਦੌਰ ਜਿਹਾ ਸ਼ੁਰੂ ਹੋ ਗਿਆ ਇਹਦੇ ਤਰੀਕੇ ਦਾ ਨਾ। ਮਹਾਂ ਬਾਈ ਮੈਥੋਂ ਨਹੀਂ, ਮੈਨੂੰ ਲੱਗਦਾ ਮੇਰੇ ਗਾਣੇ ਗੁਣੇ ਠੀਕ ਚੱਲੀ ਜਾਂਦੇ, ਦਿਹਾੜੀਆਂ ਦੁਹਾੜੀਆਂ ਪਈ ਜਾਂਦੀਆਂ, ਵੀ ਮੈਨੂੰ ਰਹਿਣ ਦਿਓ ਤੁਸੀਂ। ਫਿਰ ਉਸ ਤੋਂ ਬਾਅਦ ਐਮੀ ਨੂੰ ਉਹਨਾਂ ਨੇ ਇਹ ਰੋਲ ਦਿੱਤਾ ਅਤੇ ਐਮੀ ਅੱਜ ਕਹਿੰਦੇ ਵੀ ਇੱਕ ਸੁਪਰਸਟਾਰ ਹੈ। ਬੜਾ ਵਧੀਆ ਮੌਕਾ ਸੀ ਅਤੇ ਪਰ ਬਹੁਤ ਵਧੀਆ ਲੱਕੀ ਹੈ ਉਹ ਵੀ ਭਰਾ ਜੀ, ਐਮੀ ਵੀ ਆਪਣਾ, ਅਮਰਿੰਦਰ ਬਾਈ ਉਹਦੀ ਸਾਰੀ ਟੀਮ ਹੈ ਜੀ। ਜਿਹੜਾ ਟਾਈਮ 'ਤੇ ਜਦੋਂ ਹੀ ਆਉਂਦਾ ਉਦੋਂ ਹੀ ਆਉਂਦਾ। ਓਕੇ, ਹੁਣ ਵਰਡ ਵਰਡ 'ਚ ਦੱਸੋ ਕਿ ਕੁਲਵਿੰਦਰ ਬਿੱਲਾ ਐਜ਼ ਯਾਰ, ਇੱਕ ਵਰਡ 'ਚ ਦੱਸਣਾ ਹੈ ਕੁਲਵਿੰਦਰ ਬਿੱਲਾ ਐਜ਼ ਯਾਰ। ਐਜ਼ ਯਾਰ, ਯਾਰ, ਹਾਂਜੀ ਯਾਰ। ਮੇਰੇ ਜਿਹੜੀ ਟੀਮ ਹੈ, ਹਰਦੀਪ ਹੋਰੀ, ਸਾਰੇ ਬਰਾੜ ਹੋਰੀ, ਜਿਨ੍ਹਾਂ ਦੇ ਕਰਕੇ ਆਪਣਾ ਸਿਸਟਮ ਹੈ ਸਾਰਾ, ਮੇਰੀ ਫੈਮਿਲੀ ਹੈ, ਪਰਿਵਾਰ ਹੈ, ਵਾਈਫ ਹੈ, ਸਾਰੇ ਉਹ ਇੱਕ ਮੇਰੀ ਫੈਮਿਲੀ ਦੇ ਯਾਰ ਹੀ ਨੇ ਸਾਰੇ। ਹਾਂਜੀ, ਅਤੇ ਤੁਸੀਂ ਨਾ ਸਿਰਫ ਇੱਕ ਵਰਡ 'ਚ ਦੱਸਣਾ, ਮੈਂ ਜੋ ਵੀ ਪੁੱਛੂੰਗੀ ਤੁਸੀਂ ਉਹਦੇ ਲਈ ਇੱਕ ਵਰਡ ਚੂਜ਼ ਕਰਨਾ। ਹਾਂਜੀ, ਕੁਲਵਿੰਦਰ ਬਿੱਲਾ ਐਜ਼ ਐਨ ਐਕਟਰ, ਮੈਨੂੰ ਐਗਜ਼ਾਮਪਲ ਦਿਓ। ਲਾਈਕ ਕੁਲਵਿੰਦਰ ਬਿੱਲਾ ਐਜ਼ ਐਨ ਐਕਟਰ, ਕੈਟ, ਸਿਰਾ। ਓਕੇ ਓਕੇ, ਡਨ ਜੀ। ਕੁਲਵਿੰਦਰ ਬਿੱਲਾ ਐਜ਼ ਯਾਰ, ਪਹਿਲਾਂ ਇਹ ਦੱਸੋ ਵਨ ਵਰਡ 'ਚ। ਸਿਰਾ। ਕੁਲਵਿੰਦਰ ਬਿੱਲਾ ਐਜ਼ ਐਨ ਐਕਟਰ, ਸਿੱਖ ਰਿਹਾ। ਸਿੱਖ ਰਿਹਾ, ਓਕੇ। ਕੁਲਵਿੰਦਰ ਬਿੱਲਾ ਦਾ ਫੇਵਰੇਟ ਕਲਰ ਕਿਹੜਾ ਹੈ? ਬਲੈਕ। ਤੇ ਫੇਵਰੇਟ ਫੂਡ? ਨੌਨ ਵੈਜ। ਨੌਨ ਵੈਜ ਖਾਂਦੇ ਹੋ, ਤੇ ਪੰਜਾਬੀ ਫੂਡ ਵੀ ਪਸੰਦ ਹੈ ਤੁਹਾਨੂੰ? ਬਿਲਕੁਲ। ਤੇ ਜਦੋਂ ਤੁਸੀਂ ਬਾਹਰ ਜਾਂਦੇ ਹੋ, ਲਾਈਕ ਇੰਡੀਆ ਤੋਂ ਬਾਹਰ ਜਾਂਦੇ ਹੋ, ਤਾਂ ਉੱਥੇ ਕੀ ਖਾਣਾ ਪਸੰਦ ਕਰਦੇ ਹੋ? ਉੱਥੇ ਜਦੋਂ ਅਸੀਂ ਬਾਹਰੇ ਜਾਂਦੇ ਹਾਂ ਤਾਂ ਜ਼ਿਆਦਾਤਰ ਜਿਹੜਾ ਬਾਹਰਲਾ ਫੂਡ ਹੁੰਦਾ ਜ਼ਿਆਦਾ, ਉਹ ਚੀਜ਼ਾਂ ਤੋਂ ਡੇਲੀ ਮਨ ਆ ਕੇ ਜਾਂਦਾ। ਫਿਰ ਅਸੀਂ ਸਾਡਾ ਕੋਈ ਯਾਰ ਦੋਸਤ ਹੁੰਦਾ ਜਾਂ ਕੁਛ, ਹੁਣ ਅਸੀਂ ਸ਼ੋਅ ਵਾਲੇ ਦਿਨ ਵੀ ਕਹਿੰਦੇ ਯਾਰ ਵੀ ਉਹ ਕਹਿੰਦੇ ਵੀ ਅਸੀਂ ਨਹੀਂ ਬਾਈ ਜੀ, ਅਸੀਂ ਕਿਸੇ 5 ਸਟਾਰ ਲੈ ਕੇ ਜਾਣਾ, 7 ਸਟਾਰ ਲੈ ਕੇ ਜਾਣਾ, ਉੱਥੇ ਅਸੀਂ ਤੁਹਾਨੂੰ ਲੰਚ ਕਰਾਵਾ ਦਿੰਦੇ। ਅਸੀਂ ਕਿਹਾ ਵੀ ਨਹੀਂ, ਘਰੋਂ ਆਪਣੀ ਬੀਬੀ ਨੂੰ ਕਹੀਂ, ਮਾਤਾ ਨੂੰ ਕਹੀਂ, 2 ਰੋਟੀਆਂ ਬਣਾ ਲਈ ਮੂੰਗੀ ਦੀ ਦਾਲ ਨਾਲ, ਉਦੋਂ ਬੈਸਟ ਸਾਡੇ ਲਈ ਕੋਈ ਫੂਡ ਨਹੀਂ। ਕਿਉਂਕਿ ਬਾਹਰ ਜਾ ਕੇ ਖਾਣ ਪੀਣ ਬਹੁਤ ਭੈੜਾ ਹੋ ਜਾਂਦਾ ਹੈਗਾ, ਰੋਜ਼ ਬਾਹਰ ਦਾ ਖਾ ਕੇ ਵੀ ਤੁਹਾਡੇ ਪ੍ਰੋਬਲਮ ਆਉਣ ਲੱਗ ਜਾਂਦੀਆਂ ਨੇ, ਫਿਟਨੈਸ ਤੁਹਾਡੀ ਦੂਰ ਚੱਲ ਜਾਂਦੀ। ਬਾਹਰ ਜਾ ਕੇ ਕੋਈ ਐਵੇਂ ਦਾ ਮਤਲਬ ਕੋਈ ਐਵੇਂ ਦੀ ਸੀਨ ਜਾਂ ਕੋਈ ਐਵੇਂ ਦੀ ਗੱਲ ਹੋਈ ਹੋਵੇ ਜਿਹੜੀ ਤੁਹਾਨੂੰ ਅਜੇ ਤੱਕ ਯਾਦ ਹੈ ਵੀ ਉਹ ਗੱਲ ਉੱਥੇ ਹੋਈ ਸੀ, ਮੈਨੂੰ ਅੱਜ ਤੱਕ ਯਾਦ ਹੈ? ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਮੈਨੂੰ ਪਹਿਲਾਂ ਵੀ ਦੱਸਿਆ, ਜਿਹੜੀਆਂ ਬਾਰੇ ਯਾਦ ਰਹਿੰਦੀਆਂ ਨੇਗੀਆਂ ਨਾ। ਅਮੈਰੀਕਾ ਟੂਰ ਦੇ ਉੱਤੇ ਗਿਆ ਸੀ 2015 ਦੇ ਵਿੱਚ ਮੈਂ। ਹਾਂਜੀ, ਮੇਰੇ ਨਾਲ ਐਮੀ ਵੀ ਸੀਗਾ, ਅੰਮ੍ਰਿਤ ਮਾਨ ਸੀ, ਅਨਮੋਲ ਗਗਨ ਮਾਨ ਸੀ, ਸੰਦੀਪ ਰਾੜ ਸੀ। ਉਸ ਟਾਈਮ ਦੇ ਵਿੱਚ ਮੇਰੇ ਮੈਂ 17-18 ਸ਼ੋਅ ਕੀਤੇ ਸੀਗੇ। ਹਾਂਜੀ, ਉੱਥੋਂ ਮੈਨੂੰ 2 ਪਰਸਨ ਇੱਦਾਂ ਦੇ ਮਿਲੇ ਸੀਗੇ। ਹਾਂਜੀ, ਜਿੱਥੇ 18 ਪ੍ਰਮੋਟਰਾਂ ਨੇ ਅਲੱਗ ਅਲੱਗ ਸਿਟੀਜ਼ ਦੇ ਨੇ ਸ਼ੋਅ ਕਰਵਾਏ ਸੀ, ਜਿੱਥੇ 2 ਪਰਸਨ ਇੱਦਾਂ ਦੇ ਮਿਲੇ ਸੀਗੇ ਮੈਨੂੰ, ਜਿਹਦਾ ਨਾਂ ਸੀ ਜੇ ਐਂਡ ਜੈਗ। ਓਕੇ, ਉਹਨਾਂ ਨਾਲ ਇੰਨਾ ਕੁ ਪ੍ਰੇਮ ਪਿਆ ਮੇਰਾ 2015 ਦਾ। ਹਾਂਜੀ, ਅਤੇ ਉਹ ਮੇਰੇ ਦੋਸਤ ਅੱਜ ਵੀ ਮੇਰੇ ਬਹੁਤ ਪੱਕੇ ਦੋਸਤ ਨੇ ਉਹ, ਅਤੇ ਉਹਨਾਂ ਦੇ ਸਿਰ ਦੇ ਉੱਤੇ ਵੀ ਆਪਾਂ ਬਹੁਤ ਐਸ਼ ਕਰਦੇ ਹਾਂ, ਅਤੇ ਉਹ ਆਪਣੇ ਬਹੁਤ ਭੈਣ ਭਰਾ ਨੇ, ਜਿਉਂਦੇ ਰਹਿਣ ਮੇਰੇ ਭਰਾ। ਕਮਾਲ ਹੈ ਜੀ, ਬਹੁਤ ਵਧੀਆ ਗੱਲ ਹੈ ਕਿ ਬਾਹਰ ਜਾ ਕੇ ਵੀ ਮਤਲਬ ਦੋਸਤ ਬਣਦੇ ਨੇ, ਫਿਰ ਉਹਨੇ ਖਾਸ ਹੋ ਜਾਂਦੇ ਆ। ਬਿਲਕੁਲ, ਬਹੁਤ ਮੇਰੀ ਇੱਕ ਫੈਮਿਲੀ ਹੈ। ਹਾਂਜੀ, ਅਤੇ ਕੋਈ ਲਾਈਫ ਦਾ ਇਹੋ ਜਿਹਾ ਮੂਮੈਂਟ ਜਿਹੜਾ ਸਭ ਤੋਂ ਬੈਸਟ ਹੋਵੇ? ਮੂਮੈਂਟ ਜੇ ਮੈਂ ਦੇਖਾਂ ਸਭ ਤੋਂ ਬੈਸਟ, ਛੋਟੇ ਹੁੰਦੇ ਤੋਂ ਗੁਰਦਾਸ ਮਾਨ ਸਾਹਿਬ ਨੂੰ ਸੁਣਦੇ ਆਉਂਦੇ ਸੀ, ਉਹਨਾਂ ਵਰਗਾ ਸਿੰਗਰ ਤਾਂ ਬਹੁਤ ਦੂਰ ਦੀ ਗੱਲ, ਉਹਨਾਂ ਵਰਗਾ ਇਨਸਾਨ, ਉਹਨਾਂ ਵਰਗਾ ਪਰਫੋਰਮਰ, ਸਾਰੀਆਂ ਗੱਲਾਂ ਬਾਅਦ 'ਚ ਨੇ। ਹਾਂਜੀ, ਮੇਰਾ ਇੱਕ ਗਾਣਾ ਹੈ ਸੀ, ਮੇਰਾ ਦੇਸ਼ ਹੋਵੇ ਪੰਜਾਬ। ਹਾਂਜੀ, ਉਸ ਗਾਣੇ
ਜੀ ਮਾਨ ਸਾਹਿਬ ਨੇ ਐਸੀ ਪ੍ਰੇਜ਼ ਕੀਤੀ ਸੀ ਕਿ ਅੱਜ ਦੀ ਦੁਨੀਆ ਦਾ ਮੇਰਾ ਸਭ ਤੋਂ ਫੇਵਰਟ ਗੀਤ ਹੈ ਜਿਸ ਮੁੰਡੇ ਨੇ ਗਾਇਆ ਉਹਦਾ ਨਾਂ ਹੈ ਕੁਲਵਿੰਦਰ। ਉਸ ਵੇਲੇ ਮੇਰਾ ਕੋਈ ਐਡਾ ਨਾਂ ਨਹੀਂ ਸੀ, ਮੇਰਾ ਇੱਕੋ ਹੀ ਐਲਬਮ ਆਈ ਸੀ। ਉਹ ਮੂਮੈਂਟ ਸੀ ਜਦੋਂ ਮੈਂ ਸਾਹਮਣੇ ਮਾਨ ਸਾਹਿਬ ਗਾ ਰਹੇ ਸੀ, ਮੈਂ ਐਜ ਏ ਆਡੀਅੰਸ ਦੇ ਵਿੱਚ ਬੈਠਾ ਇੱਕ ਮੂਹਰੇ ਨੱਚ ਰਿਹਾ ਸੀਗਾ ਅਤੇ ਮੈਨੂੰ ਬੁਲਾ ਕੇ ਸਟੇਜ 'ਤੇ ਐਸਾ ਮਾਣ ਦਿੱਤਾ ਸੀਗਾ ਅਤੇ ਮੈਂ ਉਹ ਕਦੇ ਉਹ ਮੇਰੇ ਲਈ ਸਭ ਤੋਂ ਵੱਡਾ ਅਵਾਰਡ ਹੈ। ਹਾਂਜੀ, ਇਸ ਤੋਂ ਬਾਅਦ ਜਿਹੜੇ ਮਰਜ਼ੀ ਅਵਾਰਡ ਮਿਲ ਜਾਣ ਮੈਨੂੰ, ਪਰ ਉਸ ਅਵਾਰਡ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ ਕਿਉਂਕਿ ਜਿਸ ਬੰਦੇ ਨੂੰ ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਸੀ, ਉਸ ਇਨਸਾਨ ਨੇ, ਉਸ ਭਰਾ ਨੇ, ਉਸ ਲੀਜ਼ ਐਂਡ ਪਰਸਨ ਨੇ ਵੀ ਮੈਨੂੰ ਕਿਹਾ ਵੀ ਅੱਜ ਦੀ ਦੁਨੀਆ ਦਾ ਮੇਰਾ ਸਭ ਤੋਂ ਫੇਵਰਟ ਗੀਤ ਹੈ ਮੇਰਾ ਦੇਸ਼ ਹੋਵੇ ਪੰਜਾਬ। ਜਦੋਂ ਮੈਨੂੰ ਉਹ ਮੂਵਮੈਂਟ 'ਤੇ ਸਟੇਜ 'ਤੇ ਬੁਲਾਇਆ, ਜੱਫੀ ਪਾਈ, ਇੱਕ ਸ਼ਗਨ ਦਿੱਤਾ ਉਹਨਾਂ ਨੇ ਮੈਨੂੰ, ਉਹ ਮੈਂ ਕਾਂਟ ਫੋਰਗੈਟ। ਗ੍ਰੇਟ, ਬਹੁਤ ਵਧੀਆ ਗੱਲ, ਬਹੁਤ ਸੁਣ ਕੇ ਮਜ਼ਾ ਆਇਆ। ਅਤੇ ਜਾਂਦੇ ਜਾਂਦੇ ਤੁਸੀਂ ਆਪਣੇ ਬੱਲੇ ਬੱਲੇ ਵਿਊਅਰਸ ਨੂੰ ਕੁਝ ਕਹਿਣਾ ਚਾਹੋਗੇ? ਬੱਲੇ ਬੱਲੇ ਦੇ ਵਿਊਰਸ ਨੂੰ ਮੈਂ ਇਹੀ ਕਹੂੰਗਾ, ਜਿੱਦਾਂ ਤੁਸੀਂ ਮੇਰੇ ਪਹਿਲਾਂ ਗੀਤਾਂ ਨੂੰ ਪਿਆਰ ਦਿੰਦੇ ਹੋ ਤਾਂ ਤੁਸੀਂ ਗੀਤਾਂ ਨੂੰ, ਫਿਲਮਾਂ ਨੂੰ ਤੁਸੀਂ ਅੱਗੇ ਵੀ ਪਿਆਰ ਦਿੰਦੇ ਹੋ। ਬਾਕੀ ਬੱਲੇ ਬੱਲੇ ਦੀ ਸਾਰੀ ਟੀਮ ਨੂੰ ਮੈਂ ਬੈਸਟ ਵਿਸ਼ਿਜ਼ ਦਿੰਦਾ ਜੀ, ਬਹੁਤ ਵਧੀਆ ਕੰਮ ਕਰ ਰਹੇ ਨੇ ਅਤੇ ਹੋਰ ਵੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਹੋਰ ਬਹੁਤ ਤਰੱਕੀ ਕਰੇ ਕਿ ਬੱਲੇ ਬੱਲੇ ਬਿਨਾਂ ਕਿਸੇ ਦਾ ਕੰਮ ਹੀ ਨਾ ਚੱਲੇ। ਮੈਂ ਲੱਗ ਰਿਹਾ ਵੀ ਬੱਲੇ ਬੱਲੇ ਜੇ ਕੰਮ ਕਰੂੰਗਾ ਚੈਨਲ 'ਤੇ ਲੈ ਕੇ ਆਉਣਗੇ ਤਾਂ ਹੀ ਬੱਲੇ ਬੱਲੇ ਹੋਣੀਆਂ, ਨਹੀਂ ਮੈਨੂੰ ਲੱਗਦਾ ਬੱਲੇ ਬੱਲੇ ਨਹੀਂ ਹੋਣੀ। ਥੈਂਕ ਯੂ ਕੁਲਵਿੰਦਰ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ ਅਤੇ ਥੈਂਕ ਯੂ ਸੋ ਮਚ ਤੁਸੀਂ ਸਾਡੇ ਆਫਿਸ ਆਏ ਅਤੇ ਇੰਟਰਵਿਊ ਦਿੱਤਾ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਥੈਂਕ ਯੂ।